ਇਸ ਯੂਆਰ ਬੋਰੀ ਬੋਰੀ ਬਾਬਾ। ਸੋ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਦੁਬਾਰਾ ਚੁਣਕਾਟਾ ਤੁਹਾਡੀ ਝੋਲੀ ਪਾਈਏ। ਮਿਲ ਗਿਆ ਮੈਨੂੰ ਚਲਾਉਣਾ ਵੀ ਨੀ ਆਉਂਦਾ ਬਹੁਤਾ। ਪਖਰਾਜ ਦੀ ਪਹਿਲੀ ਲੋਹੜੀ ਸੀ ਜਿੱਥੇ ਤੁਸੀਂ ਗੀਤ ਗਾਇਆ ਸੀ, ਤੂੰ ਪੰਜਾਬ ਗਾ ਲਿਆ ਨੀ ਤੇਰੇ ਵੰਗਾਂ ਵਿੱਚ ਨਾ ਆਈਆਂ, ਤੂੰ ਪੰਜਾਬ ਗਾ ਲਿਆ। ਦੋਸਤੋ ਜਿਵੇਂ ਆਪਾਂ ਜਾਣਦੇ ਹਾਂ ਕਿ ਕਾਮੇਡੀ ਕਿੰਗ ਜਸਵਿੰਦਰ ਭੱਲਾ ਇਨੀ ਦਿਨੀ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਐਕਟਿਵ ਰਹਿੰਦੇ ਆ ਤੇ ਉਹ ਕੋਈ ਨਾ ਕੋਈ ਵੀਡੀਓ ਵੀ ਸ਼ੇਅਰ ਕਰਦੇ ਰਹਿੰਦੇ ਜਿਸ ਨੂੰ ਦਰਸ਼ਕ ਬਹੁਤ ਜ਼ਿਆਦਾ ਪਸੰਦ ਕਰਦੇ ਆ। ਪਿਛਲੀ ਦਿਨੀ ਉਹ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਲਾਈਵ ਹੋਏ ਤੇ ਉਹਨਾਂ ਦੇ ਨਾਲ ਉਸ ਲਾਈਵ ਦੌਰਾਨ ਮੌਜੂਦ ਸੀ ਉਹਨਾਂ ਦਾ ਪੁਰਾਣਾ ਸਟੂਡੈਂਟ ਤੇ ਅੱਜ ਦਾ ਨਾਮੀ ਗਾਇਕ ਸੁਖਵਿੰਦਰ ਸੁੱਖੀ। ਉਹਨਾਂ ਨੇ ਉਸ ਸਮੇਂ ਸੰਘਰਸ਼ ਦੀਆਂ ਕਾਫੀ ਗੱਲਾਂ ਕੀਤੀਆਂ, ਜੋ ਛਨਕਾਟਾ ਚੱਲਦਾ ਹੁੰਦਾ ਸੀ ਉਸ ਬਾਰੇ ਵੀ ਭੱਲਾ ਸਾਹਿਬ ਨੇ ਵੱਡੀ ਅਨਾਊਂਸਮੈਂਟ ਕੀਤੀ। ਸੋ ਬਹੁਤ ਹੀ ਸੋਹਣਾ ਲਾਈਵ ਅਤੇ ਇੱਕ ਇੱਕ ਗੱਲ ਸੁਣਨ ਵਾਲੀ ਹੈ। ਸੋ ਆਓ ਸਭ ਤੋਂ ਪਹਿਲਾਂ ਆਪਾਂ ਇਹ ਜਸਵਿੰਦਰ ਭੱਲਾ ਜੀ ਦੀ ਲਾਈਵ ਵੀਡੀਓ ਦੇਖ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਪਿਆਰੇ ਦਰਸ਼ਕੋ, ਅੱਜ ਦਿਲ ਕੀਤਾ ਦੁਬਾਰਾ ਤੁਹਾਡੇ ਨਾਲ 5-7 ਮਿੰਟ ਗੱਲਬਾਤ ਕੀਤੀ ਜਾਵੇ, ਕਿਉਂਕਿ ਬਹੁਤ ਸਾਰੇ ਫੈਨਸ ਦੇ ਛਣਕਾਟਿਆਂ ਪ੍ਰਤੀ ਮੈਸੇਜ ਆਉਂਦੇ ਨੇ ਕਿ ਤੁਸੀਂ ਛਣਕਾਟਾ ਦੁਬਾਰਾ ਸ਼ੁਰੂ ਕਰੋ, ਅਸੀਂ ਤੁਹਾਡੀ ਉਹੀ ਪੁਰਾਣੀ ਟੀਮ ਨੂੰ ਮਿਲਣਾ ਚਾਹੁੰਦੇ ਹਾਂ, ਦੇਖਣਾ ਚਾਹੁੰਦੇ ਹਾਂ। ਸੋ ਅੱਜ 10 ਮਿੰਟ ਪਹਿਲਾਂ ਹੀ ਮੈਨੂੰ ਸੁਖਵਿੰਦਰ ਸੁੱਖੀ ਜੀ ਦਾ ਫੋਨ ਆਇਆ ਕਿ ਭਾਜੀ ਮੇਰੇ ਕੋਲ ਵੀ ਬਹੁਤ ਸਾਰੇ ਮੈਸੇਜ ਆਉਂਦੇ ਨੇ ਕਿ ਛਣਕਾਟਾ ਟੀਮ ਦੁਆਰਾ ਇਕੱਠੀ ਕੀਤੀ ਜਾਵੇ। ਸੋ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਦੁਬਾਰਾ ਛਣਕਾਟਾ ਤੁਹਾਡੀ ਝੋਲੀ ਪਾਈਏ, ਚਾਹੇ ਫਿਲਮ ਦੇ ਰੂਪ ਦੇ ਵਿੱਚ ਪਾਈਏ, ਚਾਹੇ ਵੈਬ ਸੀਰੀਜ਼ ਦੇ ਰੂਪ ਚ ਪਾਈਏ। ਤੇ ਬਾਕੀ ਛਣਕਾਟਾ ਅਸੀਂ ਸਨ 88 ਤੋਂ ਸ਼ੁਰੂ ਕੀਤਾ ਸੀ, ਪਹਿਲਾ ਛਣਕਾਟਾ ਆਇਆ ਸੀ, ਔਰ ਉਸ ਤੋਂ ਬਾਅਦ ਅਸੀਂ ਤਕਰੀਬਨ 27 ਐਲਬਮਸ ਇੱਕੋ ਟਾਈਟਲ ਥੱਲੇ ਰਿਲੀਜ਼ ਕੀਤੀਆਂ ਛਣਕਾਟੇ ਦੇ ਥੱਲੇ। ਫਿਰ ਫਿਲਮਾਂ ਦਾ ਦੌਰ ਸ਼ੁਰੂ ਹੋਇਆ। ਸੋ ਫਿਰ ਫਿਲਮਾਂ ਦਾ ਦੌਰ ਜਿਉਂ ਹੀ ਸ਼ੁਰੂ ਹੋਇਆ ਤੇ ਉਹਦੇ ਵਿੱਚ ਫਿਰ ਲਗਾਤਾਰ ਫਿਲਮਾਂ ਤੁਹਾਡੇ ਝੋਲੀ ਪਾਈਆਂ ਸੀ। ਸੋ ਮੈਨੂੰ ਸੁਖਵਿੰਦਰ ਸੁੱਖੀ ਜੀ ਦੀ ਰਿਕੁਐਸਟ ਤਾਂ ਬਾਰ ਬਾਰ ਆ ਰਹੀ ਆ ਤੇ ਆਈ ਐਮ ਵੈਰੀ ਪੂਅਰ ਇਨ ਦਿਸ ਕੰਪਿਊਟਰ ਤੇ ਸੁਖਵਿੰਦਰ ਸੁੱਖੀ ਸ਼ਾਇਦ ਮਿਲ ਗਿਆ ਮੈਨੂੰ ਚਲਾਉਣਾ ਵੀ ਨੀ ਆਉਂਦਾ ਬਹੁਤਾ। ਇਹ ਕੈਂਸਲ ਕਿੱਥੋਂ ਹੋ ਗਿਆ ਬਾਈ ਜੀ? ਯਾਰ ਬੱਚੇ ਬੜੇ ਕਹਿੰਦੇ ਅੱਜ ਕੱਲ ਕੰਪਿਊਟਰ ਤੇ, ਅਸੀਂ ਇੰਨੇ ਪੁਰਾਣੇ ਬਜ਼ੁਰਗ ਹੋ ਗਏ ਹੁਣ ਤਾਂ ਸਾਨੂੰ ਸਮਝ ਨੀ ਆਉਂਦੀ ਹੈਗੀ ਬਈ ਕਿਵੇਂ ਐਡ ਕਰਨਾ ਕਿਸੇ ਨੂੰ। ਚਲੋ ਇਸੇ ਬਹਾਨੇ ਤੁਹਾਡੇ ਨਾਲ ਅੱਜ 4 ਗੱਲਾਂ ਹੋ ਗਈਆਂ। ਸੁਖਵਿੰਦਰ ਸੁੱਖੀ ਜੀ ਬਾਰੇ ਮੈਂ ਦੱਸਣਾ ਚਾਹੂੰਗਾ ਕਿ ਇਹ ਸਾਡਾ ਸਟੂਡੈਂਟ ਸੀ ਔਰ ਸਾਡੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਉਹਨੇ ਬੀ ਐਸ ਸੀ ਐਗਰੀਕਲਚਰ ਕੀਤੀ, ਐਗਰੋਨਮੀ ਦੇ ਸਬਜੈਕਟ ਦੇ ਵਿੱਚ ਐਮ ਐਸ ਸੀ ਕੀਤੀ ਔਰ ਗੋਲਡ ਮੈਡਲਿਸਟ ਰਿਹਾ ਪੜ੍ਹਾਈ ਦੇ ਵਿੱਚ, ਬਹੁਤ ਅੱਛਾ ਸੀ ਔਰ ਬੜਾ ਓਬੀਡੀਐਂਟ ਚੈਪ ਔਰ ਬੜਾ ਪਿਆਰਾ ਸਟੂਡੈਂਟ ਸਾਡਾ, ਲਵੇਬਲ। ਔਰ ਉਸ ਤੋਂ ਬਾਅਦ ਜਦੋਂ ਇਹਨੂੰ ਸ਼ੌਕ ਹੁੰਦਾ ਸੀ ਗਾਉਣ ਦਾ, ਅਸੀਂ ਸਾਰੇ ਐਪਰੀਸ਼ੀਏਟ ਕਰਦੇ ਹੁੰਦੇ ਸੀ ਸੁਖਵਿੰਦਰ ਸੁੱਖੀ ਨੂੰ। ਬੜਾ ਕ੍ਰੂਸ਼ਲ ਟਾਈਮ ਹੈ ਤੇ ਅੱਜ ਮਸਾਂ ਮਸਾਂ ਭਾਏ ਤੋਤੇ ਫਰੀ ਪੱਗ ਬਣਾਈ ਆ, ਮੈਂ ਇੱਧਰ ਦੇਖੋ ਹਰੇ ਹਰੇ ਬੂਟਿਆਂ 'ਚ ਖੜਾ। ਹੋਰ ਸੁਣਾਓ ਭਾਜੀ ਕੀ ਹਾਲ ਚਾਲ ਨੇ? ਥੈਂਕ ਯੂ ਬੇਟੇ, ਥੈਂਕ ਯੂ। ਐਕਚੁਅਲੀ ਨਾ ਸੁਖੀ, ਅੱਜ ਮੈਨੂੰ ਜਦੋਂ ਜਿੰਨੇ ਟੀਵੀ ਤੇ ਚੈਨਲਸ ਨੇ ਉਹਨਾਂ ਤੇ ਰੋਜ਼ ਫੋਨ ਆਉਂਦੇ ਰਹਿੰਦੇ ਆ ਜੀ ਆ ਜਾਓ ਲਾਈਵ ਆ ਜਾਓ ਲਾਈਵ ਆ ਜਾਓ, ਮੇਰੇ ਕੋਲ ਇੱਕੋ ਬਾਰ ਆਉਂਦਾ ਪੱਗ ਨੀ ਬੰਨੀ, ਅੱਜ ਮੈਂ ਪੱਗ ਨੀ ਬੰਨੀ, ਪੱਗ ਪੱਗ ਮੈਂ ਕਿਹਾ ਨਹੀਂ, ਮੈਂ ਤਾਂ ਜੀਜਾ ਕੀਤਾ ਮੈਂ ਪੱਗ ਬੰਨੀ, ਮੈਂ 3-4 ਚੈਨਲਸ ਨਾਲ ਤਾਂ ਗੱਲਬਾਤ ਕਰ ਲਈ, ਉਹ ਤੋਂ ਬਾਅਦ ਮੈਂ ਕਿਹਾ ਚੱਲ ਹੁਣ ਪੱਗੇ ਬਾਰੇ ਗੱਲ ਕਰਦੇ ਆ ਤੇ ਸਾਡੇ ਛਣਕਾਟੇ ਦਾ ਕਿਹੜਾ ਮੇਨ ਸਿੰਗਰ ਹੁੰਦਾ ਸੀ ਸੁੱਖੀ, ਅੱਜ ਉਹਨਾਂ ਨਾਲ ਦਰਸ਼ਨ ਕਰਾਈਏ 5-10 ਮਿੰਟ ਤੇ ਮੈਂ ਘੰਟੇ ਦਾ ਖੋਜਣ ਲੱਗਿਆ ਮੈਨੂੰ ਤੁਹਾਡੇ ਗੱਲ ਤੁਹਾਡੇ ਅੰਦਰ ਛਣਕਾਟ ਦਾ ਮੈਨੂੰ ਵੀ ਯਾਦ ਨੀ, ਕਿਤੇ ਬਾਲਾ ਬਾਜੀ ਨਾਲ ਵੀ ਸਟੇਜ ਤੇ ਨਾ ਹੁਣ ਤੁਹਾਡੇ ਨਾਲ ਮੈਂ ਪੂਰਾ ਸਾਹ ਦੇ ਸਕਦਾ, ਤੂੰ ਫਿਰ ਸਾਡੀ ਕਈ ਵਾਰੀ ਤੁਹਾਡੇ ਚੁਟਕਲੇ ਸੁਣਾ ਕੇ ਮੈਂ ਵੀ
ਮੈਂ ਤੁਹਾਡੇ ਚੁਟਕਲੇ ਸੁਣਾ ਕੇ ਮੈਂ ਸਟੇਜ ਤਾਂ ਨੀ ਮੈਂ ਮਹਿਫਲ ਉੱਠ ਲੈਣਾ ਕਈ ਵਾਰੀ ਮੈਂ ਤੁਹਾਡੇ ਬਾਰੇ ਜਦ ਤੱਕ ਮੈਨੂੰ ਤੁਹਾਡੇ ਨਾਲ ਕਨੈਕਟ ਨਹੀਂ ਨਾ ਹੋ ਰਿਹਾ ਸੀਗਾ ਮੈਂ ਆਪਣੇ ਫੈਨਸ ਨਾਲ ਗੱਲਾਂ ਕਰ ਰਿਹਾ ਸੀ ਦੱਸ ਰਿਹਾ ਸੀ ਤੁਹਾਡੇ ਬਾਰੇ ਕਿ ਵੀ ਸਾਡਾ ਬਹੁਤ ਸਟੂਡੈਂਟ ਸੀ ਗੋਲਡ ਮੈਡਲਿਸਟ ਸੀ ਸਿੰਗਰ ਸੀ ਬਹੁਤ ਅੱਛਾ ਤੇ ਹੁਣ ਅੱਗੇ ਹੁਣ ਤੁਸੀਂ ਆਪਣੀ ਵਾਰ ਤਾਂ ਮੈਂ ਬੋਲ ਬੋਲ ਕੇ ਥੱਕ ਗਿਆ ਯਾਰ ਹੁਣ ਆਪਣੇ ਬਾਰੇ ਕੁਝ ਆਪ ਨਹੀਂ ਇਹ ਤਾਂ ਨੀ ਇਹ ਨੀ ਚੱਕ ਸਕਦੇ ਮੈਂ ਤੁਹਾਨੂੰ ਇੱਕ ਵਾਰ ਕਿਹਾ ਸੀ ਭਾਈ ਦੋ ਦੇ ਥੋੜੇ ਯਾਦ ਹੈ ਮੈਂ ਕਿਹਾ ਭਾਈ ਤੇ ਗਾਣਾ ਕਰੋ ਲੈ ਲੈ ਕਹਿੰਦਾ ਜਿਹਦਾ ਬੋਲ ਕੇ ਸਾਰੀ ਹਜੀ ਸੰਗ ਪੜਨਾ ਹਾਂਜੀ ਮੈਂ ਲਾਉਣ ਦੇ ਵਿੱਚ ਸੀਗਾ ਬਾਹਰ ਮੈਂ ਚੱਲ ਮੈਂ ਗੇੜਾ ਕੱਢ ਦੇ ਨਾਲੇ ਚੱਲ ਸੀ ਅੱਜ ਕੋਸ਼ਿਸ਼ ਕੀਤੀ ਕਿਉਂਕਿ ਮੈਨੂੰ ਇਹ ਲੋਕਡਾਊਨ ਨੇ ਨਾ ਜਿੱਥੇ ਚਲੋ ਨੁਕਸਾਨ ਕੀਤਾ ਕਿ ਫਾਇਦੇ ਵੀ ਕੀਤੇ ਨੇ ਜਿਹੜੀਆਂ ਚੀਜ਼ਾਂ ਆਪਾਂ ਨਹੀਂ ਆਉਂਦੀਆਂ ਸੀ ਆਪਾਂ ਨੂੰ ਸਿੱਖ ਲਈਆਂ ਆ ਕਿਤੇ ਸੋਚਿਆ ਨਹੀਂ ਸੀ ਏਦਾਂ ਵੀ ਲੈਬ ਹੋ ਜਾਂਦਾ ਦੋ ਬੰਦੇ ਵੀ ਲੈਬ ਹੋ ਜਾਂਦੇ ਨੇ ਬੁਖਰਾਜ ਇਹ ਆਨ ਆਨ ਕਰਕੇ ਪੜਾਉਣ ਦਾ ਤਾਂ ਮੈਂ ਗੱਲ ਕਰ ਲੈਂਦਾ ਆ ਟੱਕਰਾਂ ਟੁਕਰਾਂ ਜਿਹੀਆਂ ਮਾਰ ਕੇ ਮੈਂ ਤੈਨੂੰ ਲੱਭ ਹੀ ਲਿਆ ਇਹਦੇ ਤੇ ਦੇਖੋ ਭਾਜੀ ਸਾਡੇ ਲਈ ਬੜੀ ਬੜੀ ਖੁਸ਼ੀ ਦੀ ਗੱਲ ਹੈ ਕਿਉਂਕਿ ਮੈਂ ਤੁਹਾਡਾ ਦੇਣ ਮੈਂ ਤਾਂ ਸਾਰੀ ਇੰਟਰਵਿਊਆਂ ਦੇ ਵਿੱਚ ਮੇਰੀ ਕੋਈ ਅਖਬਾਰੀ ਇੰਟਰਵਿਊ ਕੋਈ ਟੀਵੀ ਦੀ ਮੀਡੀਆ ਦੀ ਕੋਈ ਇੰਟਰਵਿਊ ਹੋਵੇ ਤੇ ਉਹ ਕੋਈ ਐਸੀ ਚੀਜ਼ ਜਦੋਂ ਸੁੱਖੀ ਦੀ ਗੱਲ ਹੋਵੇ ਤੇ ਭੱਲਾ ਭਾਈ ਤੇ ਪਖਰਾਜ ਦੀ ਗੱਲ ਨਾ ਹੋਵੇ ਇਹ ਹੋ ਹੀ ਨੀ ਸਕਦਾ ਕਿਉਂਕਿ ਮੇਰੀ ਸ਼ੁਰੂਆਤੀ ਮੇਰੀ ਸ਼ੁਰੂਆਤ ਉੱਥੇ ਹੀ ਮੈਂ ਤਾਂ ਕਹਿੰਦਾ ਵੀ ਉਹ ਮੈਂ ਉਸ ਘਰ ਦਾ ਦੇਣ ਨਹੀਂ ਦੇ ਸਕਦਾ ਵੀ ਜੇ ਮੇਰੀ ਸੰਗੀਤਕ ਲਾਈਨ ਇੱਥੇ ਤੱਕ ਪਹੁੰਚਿਆ ਉਹ ਵੀ ਭੱਲਾ ਭਾਈ ਦੀ ਬਦੌਲਤ ਈਵਨ ਵੀ ਜਦੋਂ ਮੈਰਿਜ ਹੋਈ ਉਦੋਂ ਬਾਅਦ ਜੇ ਸਾਡੇ ਅੱਜ ਬੱਚੇ ਵੀ ਨੇ ਤੇ ਉਹ ਵੀ ਭਾਈ ਉਹਨਾਂ ਦੀ ਬਦੌਲਤ ਤੇ ਬਾਕੀ ਸੁੱਖੀ ਸਭ ਤੋਂ ਪਹਿਲੀ ਗੱਲ ਤਾਂ ਮੈਂ ਦਰਸ਼ਕਾਂ ਨੂੰ ਇਹ ਦੱਸਣਾ ਚਾਹੁੰਦਾ ਵੀ ਜਿਹੜੀ ਕੋਠੀ ਪਿੱਛੇ ਨਜ਼ਰ ਆ ਰਹੀ ਆ ਇਹ ਸਾਡੇ ਸੁੱਖੀ ਵੀਰ ਸੀ ਮਿਹਨਤ ਦੀ ਕਮਾਈ ਇਹ ਭਾਜੀ ਦਾ ਆਸ਼ੀਰਵਾਦ ਹੈ ਕਮਾਈ ਦੱਸੋ ਇਹ ਭਾਜੀ ਦਾ ਅਜੀਬ ਦੀ ਕਮਾਈ ਜਿੱਥੋਂ ਇਹਨੇ ਆਵਾਜ਼ ਕੱਟ ਕੱਟ ਕੇ ਗਾਇਆ ਪਿਆਰੀ ਕੋਠੀ ਅਸੀਂ ਪਹਿਲੀ ਵਾਰੀ ਕੋਠੀ ਦੇ ਵਿੱਚ ਫਿਲਮ ਸ਼ੂਟ ਕੀਤੀ ਸੀਗੀ ਸਾਡੀ ਅੰਮ੍ਰਿਤਸਰ ਦਾ ਤੇ ਇਹ ਇਹ ਦੋ ਹਜ਼ਾਰ ਚਾਰ ਚ ਇਹ ਮੈਨੂੰ ਯਾਦ ਆ ਤੇ ਉਦੋਂ ਗੇੜਾ ਵੀ ਸ਼ਾਇਦ ਦੋ ਕੁ ਵਾਰੀ ਲੱਗਿਆ ਉਦੋਂ ਬਾਅਦ ਮੈਂ ਚੱਕਰ ਲੱਗਿਆ ਨੀ ਤੁਹਾਡੇ ਕੋਲ ਤੇ ਹੁਣ ਮੈਂ ਆ ਕੇ ਮਿਲ ਕੇ ਬਾਕੀ ਦਰਸ਼ਕਾਂ ਨਾਲ ਆਪਾਂ ਗੱਲ ਕਰਦੇ ਸੀ ਦੇਖ ਬਈ ਬਹੁਤੀ ਤੂੰ ਆਪਣੀ ਆਪ ਲੱਭੀ ਆ ਉਹਦੇ ਚ ਮੇਰਾ ਕੋਈ ਯੋਗਦਾਨ ਨਹੀਂ ਬਾਕੀ ਗੱਲ ਰਹੀ ਬੱਚਿਆਂ ਦੀ ਉਹ ਮੈਨੂੰ ਹਜੇ ਤੱਕ ਯਾਦ ਆ ਮੇਰੇ ਪਾਪਾ ਜੀ ਤੁਹਾਨੂੰ ਤੇ ਵਾਈਫ ਨੂੰ ਸੁੱਖਾ ਨਾ ਵੀ ਸੁੱਖੀ ਆ ਉਹਨਾਂ ਨੂੰ ਲੈ ਕੇ ਕਟਾਣਾ ਸਾਹਿਬ ਗੁਰਦੁਆਰੇ ਗਏ ਤੇ ਗੁਰਦੁਆਰੇ ਜਾ ਕੇ ਅਰਦਾਸ ਉਦੋਂ ਇਕੱਠੇ ਗਏ ਸੀ ਉੱਥੇ ਅਰਦਾਸ ਕੀਤੀ ਕਟਾਣਾ ਸਾਹਿਬ ਬਈ ਸੁੱਖੀ ਦੀ ਝੋਲੀ ਤੇ ਕੋਈ ਲਾਲ ਪਾਇਓ ਇੱਕ ਲਾਲ ਪਾਇਓ ਤੇ ਪਰਮਾਤਮਾ ਦੀ ਕਿਰਪਾ ਨਾਲ ਤੁਹਾਡੇ ਦੋ ਟਵਿੰਸ ਬੱਚੇ ਹੋਏ ਇੱਕ ਬੇਟਾ ਤੇ ਇੱਕ ਬੇਟੀ ਬੇਟਾ ਇੱਕ ਤੇ ਬੇਟੀ ਦਾ ਨਾਮ ਕੀ ਆ ਚਾਹਤ 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 ਬੇਟੀ ਦਾ ਨਾਮ ਚਾਹਤ ਸੋ ਸਭ ਸਾਰੀ ਪਰਮਾਤਮਾ ਦੀ ਦੇਣ ਹੁੰਦੀ ਆ ਔਰ ਚਾਂਸ ਜਿਹੜਾ ਤੁਹਾਡਾ ਜਿਵੇਂ ਤੁਸੀਂ ਦੱਸਦੇ ਹੋ ਵੀ ਲੱਗਿਆ ਐਜ਼ ਏ ਕੈਸਟ ਬੁੱਕ ਆਪਣਾ ਕੈਸਟ ਰਿਲੀਜ਼ ਕਰਨ ਲਈ ਉਹ ਪੁਖਰਾਜ ਦੀ ਪਹਿਲੀ ਲੋਹੜੀ ਸੀ ਜਿੱਥੇ ਤੁਸੀਂ ਗੀਤ ਗਾਇਆ ਸੀ ਪੁਖਰਾਜ ਦੀ ਲੋਹੜੀ ਤੇ ਉੱਥੇ ਕੁਦਰਤੀ ਕੁਮਾਰ ਸਾਹਿਬ ਆਏ ਸੀ ਗੁਰਭਜਨ ਗਿੱਲ ਆਏ ਹੋਏ ਸੀਗੇ ਪਹਿਲੀ ਲੋਹੜੀ ਤੇ ਉੱਥੇ ਜਦੋਂ ਤੁਸੀਂ ਗਾਇਆ ਕਹਿੰਦੇ ਮੁੰਡਾ ਗਾਉਂਦਾ ਬਹੁਤ ਸੋਹਣਾ ਤੇ ਫਿਰ ਗਿੱਲ ਸਾਹਿਬ ਕਹਿੰਦੇ ਜੇ ਗਾਉਣ ਕਹਿੰਦਾ ਇਹਦੀ ਕੈਸਟ ਕਰੀਏ ਕਹਿੰਦਾ ਫਿਰ ਆਏ ਉਹ ਨੀ ਉਹ ਮਾਈਕ ਤੇ ਅਨਾਊਂਸ ਕਰ ਫਿਰ ਕੁਮਾਰ ਸਾਹਿਬ ਨੇ ਅਨਾਊਂਸ ਕੀਤਾ ਵੀ ਇਹਦੀ ਪਹਿਲੀ ਕੈਸਟ ਮੈਂ ਆਪਣੀ ਕੰਪਨੀ ਦੇ ਵਿੱਚੋਂ ਰਿਲੀਜ਼ ਕਰਾਂਗਾ ਸੋ ਪਰਮਾਤਮਾ ਕਰਨ ਵਾਲਾ ਜੀ ਸਾਰਾ ਕੁਛ ਔਰ ਫਿਰ ਸੁੱਖੀ ਬਾਈ ਦਾ ਜਦੋਂ ਭਾਜੀ ਮੈਂ ਕਈ ਵਾਰ ਭਾਜੀ ਕਹਿੰਦਾ ਮੈਂ ਕਈ ਵਾਰੀ ਕਹਿੰਦਾ ਹੁੰਦਾ ਵੀ ਸਪੋਜ ਕਰੋ ਵੀ ਭੱਲਾ ਭਾਜੀ ਮੈਨੂੰ ਪਖਰਾਜ ਦੀ ਲੋਹੜੀ ਤੇ ਨਾ ਬੁਲਾਉਂਦੇ ਜਾਂ ਘਮਾਨ ਸਾਹਿਬ ਉੱਥੇ ਨਾ ਆਉਂਦੇ ਹੋ ਸਕਦਾ ਸੁਖਵਿੰਦਰ ਸਿੰਘ ਕਿਸ ਲਾਈਨ ਚ ਨਾ ਹੁੰਦਾ ਤੁਹਾਨੂੰ ਪਤਾ ਆਪਾਂ ਪੜਨ ਵਾਲੇ ਸੀਗੇ ਇਨਸਾਨ ਤਾਂ ਰੀਜ਼ਨ ਬਣਦਾ ਕੋਈ ਕਾਰਨ ਬਣਦਾ ਵਾ ਲਿਖਿਆ ਹੁੰਦਾ ਸਾਰਾ ਕੁਛ ਵੀ ਤੁਸੀਂ ਆਹ ਲਾਈਨ ਅਡੋਪਟ ਕਰਨੀ ਆ ਔਰ ਜਦੋਂ ਫਿਰ ਤੁਹਾਡਾ ਗੀਤ ਆਇਆ ਤੇਰੇ ਵੰਗਾਂ ਵਿੱਚ ਮੈਂ ਆਈਆਂ ਸਾਰਾ ਤੂੰ ਪੰਜਾਬ ਗਾ ਲਿਆ ਉਹਦੇ ਵਿੱਚ ਬਾਲਮਕਨ ਨੀਲੂ ਮੈਂ ਅਸ਼ਮੀ ਭਾਰਦਵਾਜ ਜੀ ਹੋਰ ਕਿੰਨੇ ਐਕਟਰਸ ਨੂੰ ਉਹ ਤਾਂ ਕੋਈ ਗੀਤ ਫਰਮਾਉਂਦਾ ਨੀ ਹੁੰਦਾ ਸੀਗਾ ਆ ਗੀਤ ਫਰਮਾਉਣੇ ਤਾਂ ਔਰ ਮੈਨੂੰ ਇੰਨਾ ਪਤਾ ਮੈਂ ਉਦੋਂ USA ਗਿਆ ਹੋਇਆ ਸੀਗਾ ਜਦੋਂ ਗੀਤ ਰਿਲੀਜ਼ ਹੋਇਆ ਵਿਸਾਖੀ ਤੇ ਤੇ ਲੋਕ ਮੈਨੂੰ ਉੱਥੇ ਫੋਨ ਕੀ ਕਰਕੇ ਦੱਸਿਆ ਵੀ ਸੁੱਖੀ ਦਾ ਗੀਤ ਜਿਹਦੇ ਵੀਡੀਓ ਦੇ ਵਿੱਚ ਤੁਸੀਂ ਸਾਰੇ ਆਏ ਹੋਏ ਹੋ ਉਹ ਬਹੁਤ ਹਿੱਟ ਹੋਇਆ ਹੋਇਆ ਜਿਹੜੇ ਕੰਗ ਸਾਹਿਬ ਸਿੰਗਰ ਨੇ ਨਾ ਇੰਗਲੈਂਡ ਤੋਂ ਤੁਸੀਂ ਇੰਗਲੈਂਡ ਗਏ ਸੀ ਉੱਥੇ ਕੈਸਟ ਲੈ ਕੇ ਆਏ ਸੀ ਕੰਗ ਦੀਆਂ ਬੋਲੀਆਂ ਦੀ ਕੰਗ ਸਾਹਿਬ ਗੀਤ ਸੀਗੇ ਕੰਗ ਸਾਹਿਬ ਦਾ ਤੇ ਕੰਗ ਸਾਹਿਬ ਨੇ ਆਪਣੇ ਗੀਤ ਦੇ ਵਿੱਚ ਮੇਰੀਆਂ ਨਾ ਮੇਰੇ ਡਾਇਲੋਗ ਪਾਏ ਹੋਏ ਸੀ ਉਹਨਾਂ ਨੇ ਥੋੜੇ ਚੁਟਕਲੇ ਬੋਲੇ ਸੀ ਵਿੱਚ ਉਹਦੇ ਮੇਰੇ ਚੁਟਕਲੇ ਡਾਇਲੋਗ ਸੀਗੇ ਮੇਰੇ ਤੇ ਮੈਂ ਤੁਹਾਨੂੰ ਕਿਹਾ ਵੀ ਆਹ ਮੈਨੂੰ ਬਹੁਤ ਅੱਛੀ ਲੱਗੀ ਆ ਵੀ ਆਹ ਗੀਤ ਅੱਛਾ ਲੱਗਿਆ ਵੀ ਆਪਾਂ ਇਹ ਗੀਤ ਸੁਣਵਾਈਏ ਇੱਥੇ ਕਰੀਏ
ਕੇਸ ਕਰਤਾ ਤੁਸੀਂ ਕਹਿ ਲਾ ਆਪਣੇ ਕਹਿੰਦੇ ਬੋਲੇ ਬਿਨਾਂ ਆਪਾਂ ਟੋਲ ਕੇਸ ਕਰਦੇ ਆਪਾਂ ਕਰਾਂਗੇ ਮੇਰੇ ਡਾਲੇ ਕਿਉਂ ਵਰਤਿਆ ਚਲੋ ਜੀ ਥੈਂਕਸ ਟੂ ਕੰਗ ਸਾਹਿਬ ਆਲਸੋ ਤੇ ਸੁਖੀ ਪਟਿਆਲੇ ਪੂਰਾ ਕਰਕੇ ਸ਼ਿੰਗਾਰ ਘੁੰਮੇ ਸਾਰੇ ਤੂੰ ਬਾਜ਼ਾਰ ਕਰਕੇ ਸ਼ਿੰਗਾਰ ਘੁੰਮੇ ਸਾਰੇ ਤੂੰ ਬਾਜ਼ਾਰ ਰਹੀ ਫਿਰਦੀ ਤੂੰ ਕਰਕੇ ਚੜਾਈਆਂ ਸਾਰਾ ਤੂੰ ਪੰਜਾਬ ਗਾਲਿਆ ਨੀ ਤੇਰੇ ਵੰਗਾਂ ਵਿੱਚ ਨਾ ਆਈਆਂ ਸਾਰਾ ਤੂੰ ਪੰਜਾਬ ਗਾਲਿਆ ਅਖੀਰ ਭੱਲੇ ਹੱਥੋਂ ਚੜਵਾਈ। ਤੋਂ ਦੋਸਤੋ ਜਿਵੇਂ ਤੁਸੀਂ ਜਸਵਿੰਦਰ ਭੱਲਾ ਜੀ ਦਾ ਇਹ ਲਾਈਵ ਵੀਡੀਓ ਦੇਖਿਆ ਜਿਸ ਵਿੱਚ ਗਾਇਕ ਸੁਖਵਿੰਦਰ ਸੁੱਖੀ ਤੇ ਜਸਵਿੰਦਰ ਭੱਲਾ ਜੀ ਨੇ ਬਹੁਤ ਹੀ ਵਧੀਆ ਗੱਲਾਂ ਕੀਤੀਆਂ ਤੇ ਉਹਨਾਂ ਨੇ ਉਹ ਆਪਣੇ ਪੁਰਾਣੇ ਦਿਨ ਯਾਦ ਕੀਤੇ ਤੇ ਨਾਲ ਦੀ ਨਾਲ ਸ਼ਨਕਾਟਾ ਬਾਰੇ ਵੀ ਉਹਨੇ ਇੱਕ ਚੰਗੀ ਨਿਊਜ਼ ਦਿੱਤੀ ਕਿ ਬਹੁਤ ਜਲਦੀ ਉਹ ਦੁਬਾਰਾ ਸ਼ਨਕਾਟਾ ਸ਼ੁਰੂ ਕਰਨਗੇ। ਸੋ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਊਗੀ। ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਤੇ ਨਾਲ ਦੀ ਨਾਲ ਇਸ ਵੀਡੀਓ ਹੇਠਾਂ ਕਮੈਂਟਾਂ ਵਿੱਚ ਇਹ ਜ਼ਰੂਰ ਦੱਸਿਓ ਕਿ ਸ਼ਨਕਾਟੇ ਦੀ ਕੌਣ ਕੌਣ ਵੇਟ ਕਰ ਰਿਹਾ ਤੇ ਇਸ ਵੀਡੀਓ ਨੂੰ ਆਪਣੇ ਸਾਰੇ ਦੋਸਤ ਮਿੱਤਰਾਂ ਨਾਲ ਜ਼ਰੂਰ ਸ਼ੇਅਰ ਕਰ ਦਿਓ। ਹੋਰ ਤਾਜ਼ਾ ਅਪਡੇਟਸ ਲਈ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਤੇ ਨਾਲ ਆ ਰਹੇ ਬੈੱਲ ਦੇ ਬਟਨ 'ਤੇ ਕਲਿੱਕ ਕਰ ਦਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ। ਇੰਨੇ ਸ਼ਬਦਾਂ ਨਾਲ ਮੈਨੂੰ ਦਿਓ ਇਜਾਜ਼ਤ, ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ। ਸਤਿ ਸ਼੍ਰੀ ਅਕਾਲ ਜੀ।